ਜਲਾਲਾਬਾਦ ਦੇ ਅਧੀਨ ਪੈਂਦੇ ਥਾਣਾ ਵੈਰੋ ਕੇਸ ਵਿੱਚ ਪਿਛਲੇ ਦਿਨੀ ਬਲਾਤਕਾਰ ਦੇ ਮਾਮਲੇ ਵਿੱਚ ਨਾਮਜ਼ਦ ਕੁਲਦੀਪ ਸਿੰਘ ਨਾਮ ਵਿਅਕਤੀ ਜੋ ਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਵੱਲੋਂ ਪੁਲਿਸ ਨੂੰ ਚਕਮਾ ਦਿੰਦੇ ਹੋਏ ਹਵਾਲਾਤ ਦੀ ਬਾਰੀ ਤੋੜ ਕੇ ਫਰਾਰ ਹੋਣ 'ਚ ਕਾਮਯਾਬ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਸਖ਼ਤ ਨੋਟਿਸ ਲੈਂਦੇ ਹੋਏ ਥਾਣੇ ਦੇ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਇਸ ਸੰਬੰਧ ਵਿੱਚ ਥਾਣਾ ਵੈਰੋ ਕੇ ਪੁਲਿਸ ਵੱਲੋਂ ਮੁਜਰਮ ਦੀ ਭਾਲ ਕਰਕੇ ਉਸਦਾ ਮਾਨਯੋਗ ਅਦਾਲਤ ਤੋਂ ਰਿਮਾਂਡ ਲਿਆ ਗਿਆ। ਰਿਮਾਂਡ ਦੌਰਾਨ ਦੋਸ਼ੀ ਨੇ ਮੰਨਿਆ ਕਿ ਉਸਨੇ ਸ਼ਰਾਬ ਪੀਣ ਦੀ ਤਲਬ ਹੋਣ ਅਤੇ ਉਸਨੇ ਪੁਲਿਸ ਮੁਲਾਜ਼ਮਾਂ ਕੋਲੋਂ ਸ਼ਰਾਬ ਦੀ ਮੰਗ ਕੀਤੀ। ਸ਼ਰਾਬ ਦੀ ਮੰਗ ਪੂਰੀ ਨਾ ਹੋਣ ਤੇ ਉਸ ਵੱਲੋਂ ਹਵਾਲਾਤ ਦੀ ਬਾਰੀ ਤੋੜ ਉਹ ਫਰਾਰ ਹੋ ਗਿਆ। ਸਵਾਲ ਦੇ ਜਵਾਬ ਵਿੱਚ ਕੁਲਦੀਪ ਸਿੰਘ ਨੇ ਦੱਸਿਆ ਕਿ ਉਸਨੂੰ ਕਿਸੇ ਵੀ ਪੁਲਿਸ ਮੁਲਾਜ਼ਮ ਵੱਲੋਂ ਨਹੀਂ ਭਜਾਇਆ ਗਿਆ, ਬਲਕਿ ਉਹ ਸ਼ਰਾਬ ਦੀ ਤਲਬ ਕਰਕੇ ਆਪਣੇ ਆਪ ਹੀ ਹਵਾਲਾਤ ਦੀ ਬਾਰੀ ਤੋੜ ਕੇ ਥਾਣੇ 'ਚੋਂ ਭੱਜਿਆ। ਰਿਮਾਂਡ ਪੂਰਾ ਹੋਣ ਤੋਂ ਬਾਅਦ ਜਦੋਂ ਕੁਲਦੀਪ ਨੂੰ ਪੇਸ਼ ਕੀਤਾ ਗਿਆ ਤਾਂ ਪੜਤਾਲੀ ਅਫਸਰ ਕਸ਼ਮੀਰ ਨੇ ਦੱਸਿਆ ਕਿ ਕੁਲਦੀਪ ਸਿੰਘ ਨੇ ਕਬੂਲਿਆ ਕਿ ਇਸ ਵੱਲੋਂ ਹਵਾਲਾਤ ਦੀ ਬਾਰੀ ਖੁਦ ਤੋੜੀ ਗਈ ਹੈ, ਇਸ ਵਿੱਚ ਕਿਸੇ ਵੀ ਮੁਲਾਜ਼ਮ ਦਾ ਹੱਥ ਨਹੀਂ ਹੈ। ਹੁਣ ਦੇਖਣਾ ਤਾਂ ਇਹ ਹੋਵੇਗਾ ਕਿ ਉੱਚ ਅਧਿਕਾਰੀਆਂ ਵੱਲੋਂ ਮੁਅੱਤਲ ਕੀਤੇ ਗਏ ਪੁਲਿਸ ਮੁਲਾਜ਼ਮਾਂ ਪ੍ਰਤੀ ਨਰਮ ਵਤੀਰਾ ਵਰਤਿਆ ਜਾਵੇਗਾ ਜਾਂ ਨਹੀਂ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਇੱਕ ਮਿੰਟ ਆ ਬਈ, ਤੂੰ ਉਸ ਦਿਨ ਜੇਲ੍ਹ ਤੋੜ ਕੇ ਭੱਜਿਆ ਸੀ, ਕਿਉਂ ਭੱਜਿਆ ਸੀ? ਕਿਉਂ ਭੱਜਿਆ ਸੀ? ਜਨਾਬ ਜੀ, ਮੈਨੂੰ ਡਰਾਵਾ ਦਿੱਤਾ ਸੀ, ਕਹਿੰਦੇ ਤੈਨੂੰ ਮਾਰਦੇ ਆ ਕਰਦੇ ਆ। ਕਿੰਨੇ ਡਰਾਵਾ ਦਿੱਤਾ ਸੀ? ਸਾਰੇ ਕਹਿੰਦੇ ਸੀ, ਮੈਂ ਤਾਂ ਡਰਦਾ ਮਾਰਾ ਪੈਦਾ। ਉਸ ਤੋਂ ਬਾਅਦ ਤੂੰ ਆਪੇ ਭੱਜਿਆ ਕਿ ਤੈਨੂੰ ਕਿਸੇ ਭਜਾਇਆ? ਆਪੇ ਭੱਜਿਆ ਜੀ। ਤੂੰ ਆਪੇ ਭੱਜਿਆ? ਤੈਨੂੰ ਕਿਸੇ ਨੇ ਕਿਸੇ ਪੁਲਿਸ ਮੁਲਾਜ਼ਮ ਜਾਂ ਕਿਸੇ ਨੇ ਤੇਰੀ ਮਦਦ ਕੀਤੀ ਸੀ ਭੱਜਣ ਦੇ ਵਿੱਚ? ਆਪ ਹੀ ਭੱਜਿਆ? ਮੈਨੂੰ ਦਾਰੂ ਭਰੂ ਮੈਂ ਪੁੱਛਿਆ ਸੀ। ਹਾਂ, ਦਾਰੂ ਤੈਨੂੰ ਪਿਆ ਦਿੰਦੇ ਹੈਗੇ। ਅੱਛਾ, ਦਾਰੂ ਫਿਰ ਕੋਈ ਨਹੀਂ ਦਿੱਤੀ, ਮੈਂ ਉੱਥੇ ਡਰਦਾ ਮਾਰਾ ਭੱਜ ਗਈ। ਅੱਛਾ, ਦਾਰੂ ਤੈਨੂੰ ਨਾ ਮਿਲਣ ਦੇ ਕਾਰਨ ਤੂੰ ਉੱਥੋਂ ਭੱਜ ਗਿਆ? ਮੈਨੂੰ ਕੁੱਟਿਆ ਮਾਰਾ ਬਹੁਤ। ਉਦੋਂ ਤੂੰ ਗਲਤੀ ਕੀਤੀ, ਉਦੋਂ ਤੈਨੂੰ ਸਜ਼ਾ ਮਿਲਣੀ ਮਿਲਣੀ ਹੈ, ਪਰ ਭੱਜਿਆ ਤੂੰ ਆਪੇ ਆ ਨਾ, ਕਿਸੇ ਮੁਲਾਜ਼ਮ ਨੇ ਤੇਰੀ ਤੈਅ ਨਹੀਂ ਕੀਤੀ। ਬਸ ਠੀਕ, ਕੀ ਮੰਨਿਆ, ਕੀ ਗੱਲ ਪਤਾ? ਇਹ ਮੰਨਿਆ ਜੀ, ਪਹਿਲਾਂ ਫੜਿਆ ਸੀ ਅਸੀਂ 13 ਤਰੀਕ ਨੂੰ, ਅਤੇ 13 ਨੂੰ ਇੱਕ ਦਿਨ ਦਾ ਰਿਮਾਂਡ 'ਤੇ ਲਿਆ ਸੀਗਾ, ਅਤੇ ਜਾ ਕੇ 14 ਨੂੰ ਉਹਨੂੰ ਹਵਾਲਾ 'ਤੇ ਬੰਦ ਕੀਤਾ ਸੀ, ਇਹ ਸਲਾਖਾਂ ਤੋੜ ਕੇ ਭੱਜ ਗਿਆ ਸੀ। ਅੱਛਾ ਜੀ, ਹਾਂਜੀ। ਅਤੇ ਅੱਜ ਤੁਸੀਂ ਫਿਰ ਇਹਨੂੰ ਹਾਂਜੀ ਪੇਸ਼ ਕੀਤਾ, ਕੋਰਟ ਨੇ ਕੀ ਕਿਹਾ? ਕੋਰਟ ਦਾ ਜੁਡੀਸ਼ੀਅਲ ਰਿਮਾਂਡ ਮਿਲਿਆ ਜੀ, ਇਹਨੂੰ ਛੱਡ ਕੇ ਆਉਣਾ ਜੇਲ੍ਹ 'ਚ। ਅੱਛਾ ਜੀ, ਹਾਂਜੀ। ਨਹੀਂ, ਜਿਹੜਾ ਜੁਡੀਸ਼ੀਅਲ ਰਿਮਾਂਡ ਮਿਲਿਆ ਸੀ, ਹਾਂਜੀ ਹਾਂਜੀ, ਉਹ 'ਚ ਕੋਈ ਪੁੱਛ ਪੜਤਾਲ ਦੇ ਦਰਮਿਆਨ ਕੀ ਮੰਨਿਆ ਵੀ ਕਿਸੇ ਪੁਲਿਸ ਮੁਲਾਜ਼ਮ ਨੇ ਇਹਦੀ ਮਦਦ ਕੀਤੀ ਸੀ ਦੌਰਾਨ ਵਿੱਚ, ਜਾਂ ਇਹ ਆਪਣੇ ਆਪ ਦੌੜਿਆ? ਨਹੀਂ, ਇਹ ਤਾਂ ਆਪ ਹੀ ਦੌੜਿਆ, ਕਹਿੰਦਾ ਮੈਂ ਵਿੱਚੋਂ ਸਲਾਖਾਂ ਤੋੜ ਕੇ ਅਤੇ ਬਾਹਰ ਪਿੱਛੇ ਦੌੜਿਆ। ਅੱਜ ਹੁਣ ਕਿੱਥੇ ਇਹਨੂੰ ਪੇਸ਼ ਕਰਨ ਜਾ ਰਹੇ ਹੋ? ਅਦਾਲਤ ਦੇ ਪੇਸ਼ ਕਰਕੇ ਲਿਆ ਰਹੇ ਜੀ ਬਾਹਰ। ਨਹੀਂ, ਹੁਣ ਅਦਾਲਤ ਨੇ ਕੀ ਅੱਜ ਵਾਸਤੇ ਕੀ ਹੁਕਮ ਕੀਤਾ? ਨਹੀਂ, ਹੁਣ ਜੇਲ੍ਹ ਵਾਸਤੇ ਵਾਰੰਟ ਬਣੇ ਜੀ, ਜੇਲ੍ਹ ਛੱਡ ਕੇ ਆਉਣਾ। ਜਲਾਲਾਬਾਦ ਤੋਂ ਮੌਂਟੀ ਚੁੱਕ ਦੀ ਰਿਪੋਰਟ, ਸ੍ਰੀ ਹੋਮ ਨਿਊਜ਼।